ਮੇਰੇ ਲਈ ਅੱਜ ਵਿਸ਼ੇਸ਼ ਤੌਰ 'ਤੇ ਖੁਸ਼ੀ ਦੀਆਂ ਦੋ ਚਾਰ ਚੀਜ਼ਾਂ ਵੱਧ ਨੇ ਆਮ ਫਿਲਮਾਂ ਨਾਲੋਂ। ਪਹਿਲੀ ਗੱਲ ਤੇ ਕਿ ਅੱਜ ਸਾਰੇ ਗਿੱਲ 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 ਇਕੱਠੇ ਹੋਏ ਨੇ ਤੇ ਇਹ ਗਿੱਲਸ ਦੀ ਫਿਲਮ ਜ਼ਿਆਦਾ ਔਰ ਇਸ ਫਿਲਮ ਦੇ ਵਿੱਚ ਮਾਝੇ ਵਾਲੇ ਜ਼ਿਆਦਾ ਨੇ। ਸਾਡੀ ਫਿਲਮ ਦੇ ਰਾਈਟਰ ਡਾਇਰੈਕਟਰ ਸਿਮਰਨਜੀਤ ਸਿੰਘ ਹੁੰਦਲ ਮਾਝੇ ਤੋਂ ਨੇ, ਅੰਮ੍ਰਿਤਸਰ ਤੋਂ ਨੇ। ਸਾਡੀ ਫਿਲਮ ਦੇ ਹੀਰੋ ਧੀਰਾ ਗਿੱਲ ਜੀ ਅੰਮ੍ਰਿਤਸਰ ਤੋਂ ਨੇ। ਫਿਲਮ ਦੇ ਵਿੱਚ ਕਮੇਡੀਅਨ ਦੀਦਾਰ ਗਿੱਲ, ਉਹ ਵੀ ਅੰਮ੍ਰਿਤਸਰ ਤੋਂ ਨੇ, ਮੈਂ ਵੀ ਅੰਮ੍ਰਿਤਸਰ ਤੋਂ ਹਾਂ। ਸੋ ਮਾਝੇ ਵਾਲੇ ਜ਼ਿਆਦਾ ਨੇ ਇਸ ਫਿਲਮ ਦੇ ਵਿੱਚ ਅਤੇ ਇਹ ਫਿਲਮ ਜਿਹੜੀ ਆ ਅਸੀਂ ਜ਼ਿਆਦਾ ਕਰਕੇ ਇਹਦਾ 90% ਜਿਹੜਾ ਕੰਮ ਹੈਗਾ ਉਹ UK ਦੇ ਵਿੱਚ ਕੀਤਾ। ਉੱਥੇ ਸਾਰੀ ਬਰਮਿੰਗਮ ਦੇ ਆਸੇ ਪਾਸੇ ਹੀ ਇਹ ਫਿਲਮ ਸ਼ੂਟ ਕੀਤੀ ਗਈ ਅਤੇ ਧੀਰਾ ਜੀ ਦੇ ਨਾਲ ਇਹ ਸਾਡੀ ਪਹਿਲੀ ਫਿਲਮ ਅਤੇ ਰੱਬ ਕਰੇ ਕਿ ਅਸੀਂ ਬਹੁਤ ਸਾਰੀਆਂ ਫਿਲਮਾਂ ਇਕੱਠੇ ਕਰੀਏ। ਅਤੇ ਧੀਰਾ ਜੀ ਜਿੱਥੇ ਬਹੁਤ ਅੱਛੇ ਆਰਟਿਸਟ ਨੇ, ਕੱਲ੍ਹ ਸਾਡੇ ਘਰ ਕੋਈ ਆਏ ਸੀਗੇ, ਉਹ ਇਸੇ ਖੇਤਰ ਤੋਂ ਨੇ, ਖਾਸ ਤੌਰ 'ਤੇ ਜ਼ਿਆਦਾ ਤਾਰੀਫ ਨਹੀਂ ਕਰਦੇ ਕਿਸੇ ਦੀ, ਪਰ ਉਹ ਕਹਿੰਦੇ ਕਿ ਧੀਰਾ ਜੀ ਅੱਛਾ ਉਹਨਾਂ ਦੀ ਫਿਲਮ ਹੈਗੀ ਆ ਮੈਮ, ਉਹ ਤਾਂ ਬਹੁਤ ਵਧੀਆ ਸਟੇਜ ਲਾਉਂਦੇ ਨੇ, ਉਹਨਾਂ ਨੂੰ ਬੜਾ ਤਰੀਕਾ ਹੈ ਔਰ ਸਟੇਜ ਲਾਉਣੀ ਆਉਂਦੀ ਆ, ਲਾਈਵ ਪਰਫੋਰਮੈਂਸ ਕਰਨੀ ਆਉਂਦੀ। ਮੈਂ ਕਿਹਾ ਉਹਨਾਂ ਨੂੰ ਫਿਲਮ ਵੀ ਕਰਨੀ ਆਉਂਦੀ ਆ, ਉਹਨਾਂ ਨੇ ਕੀਤੀ ਆ ਅਤੇ ਤੁਸੀਂ ਦੇਖਿਓ ਹੁਣ ਕਿੰਨੀ ਅੱਛੀ ਫਿਲਮ ਕੀਤੀ ਆ। ਕਿਉਂਕਿ ਜ਼ਿਆਦਾਤਰ ਜਦੋਂ ਸਿੰਗਰਸ ਫਿਲਮ ਦੇ ਵਿੱਚ ਐਕਟਰ ਬਣਦੇ ਨੇ, ਇਹ ਕਿਹਾ ਜਾਂਦਾ ਹੈ ਕਿ ਇਹਨਾਂ ਦਾ ਨਾਮ ਚੱਲਦਾ, ਇਸ ਕਰਕੇ ਇਹਨਾਂ ਨੂੰ ਹੀਰੋ ਲੈ ਲਿਆ। ਪਰ ਇਸ ਮਾਮਲੇ ਦੇ ਵਿੱਚ ਮੈਂ ਕਹੂੰਗੀ ਕਿ ਇਹ ਫਿਲਮ ਜਿਹੜੀ ਆ ਇਸ ਕਰਕੇ ਨਹੀਂ ਕੀਤੀ ਗਈ ਕਿ ਧੀਰਾ ਜੀ ਦਾ ਨਾਮ ਚੱਲਦਾ ਅਤੇ ਧੀਰਾ ਜੀ ਨੂੰ ਲੈ ਲਓ। ਧੀਰਾ ਜੀ ਵਾਕਈ ਡਿਜ਼ਰਵ ਕਰਦੇ ਸੀਗੇ ਔਰ ਇਹਨਾਂ ਨੇ ਬਹੁਤ ਮਿਹਨਤ ਕੀਤੀ। ਬਹੁਤ ਘੱਟ ਕਲਾਕਾਰ ਨੇ ਇਸ ਤਰ੍ਹਾਂ ਦੇ, ਉਹ ਜਿਹੜੇ ਸਿੰਗਰ ਤੋਂ ਐਕਟਰ ਬਣੇ ਹੁੰਦੇ ਆ ਨਾ, ਉਹਨਾਂ ਬਾਰੇ ਇਹ ਕਿਹਾ ਜਾਂਦਾ ਕਿ ਮਿਹਨਤ ਨਹੀਂ ਕਰਦੇ, ਵੈਸੇ ਸਿੱਧੇ ਮਤਲਬ ਐਂਟਰੀ ਮਾਰਦੇ ਨੇ। ਤਾਂ ਮੈਂ ਦੇਖਿਆ ਕਿ ਨਿੱਕੀ ਜਿਹੜੀ ਚੀਜ਼ ਸੀਗੀ ਫਿਲਮ ਦੇ ਵਿੱਚ, ਨਿੱਕੀ ਨਿੱਕੀ ਚੀਜ਼, ਉਹਦੇ ਲਈ ਇਹ ਹਮੇਸ਼ਾ ਆਪਣੇ ਸਾਥੀ ਕਲਾਕਾਰਾਂ ਕੋਲੋਂ ਪੁੱਛਦੇ ਸੀ ਕਿ ਇਹਨੂੰ ਮੈਂ ਕਿੰਝ ਕਰਾਂ, ਮੈਂ ਠੀਕ ਕਰ ਰਿਹਾ ਵਾਂ, ਇੰਝ ਬੋਲਾਂ ਤਾਂ ਠੀਕ ਹੋਊਗਾ ਕਿ ਮੈਂ ਇੰਝ ਬੋਲਾਂ ਤਾਂ ਠੀਕ ਲੱਗੇਗਾ। ਸੋ ਇਹ ਚੀਜ਼ ਜਿਹੜੀ ਹੁੰਦੀ ਨਾ ਕਿ ਤੁਸੀਂ ਇੱਕ ਸਿੱਖਣ ਦੀ ਤੁਹਾਡੇ ਅੰਦਰ ਜੇ ਲਲਕ ਹੈਗੀ ਆ ਤਾਂ ਤੁਸੀਂ ਜ਼ਿੰਦਗੀ 'ਚ ਸਫਲ ਹੋ। ਕਿਉਂਕਿ ਪਹਿਲੀ ਫਿਲਮ ਦੇ ਵਿੱਚ ਜੇ ਕੋਈ ਬੰਦਾ ਇਹ ਸੋਚਦਾ ਕਿ ਮੈਂ ਦਾ ਬੈਸਟ ਕਰਨ ਦੀ ਕੋਸ਼ਿਸ਼ ਕਰਾਂ, ਆਪਣੀ ਸਭ ਤੋਂ ਵਧੀਆ ਪਰਫਾਰਮੈਂਸ ਦੇਣ ਦੀ ਕੋਸ਼ਿਸ਼ ਕਰਾਂ, ਤਾਂ ਉਹ ਇਹਨਾਂ ਨੇ ਕੀਤੀ। ਸਕ੍ਰਿਪਟ ਬਹੁਤ ਵਧੀਆ, ਅੱਗੇ ਜਿਹੜੀਆਂ ਵੀ ਇਸ ਤਰ੍ਹਾਂ ਦੀਆਂ ਫਿਲਮਾਂ ਆਈਆਂ ਜਾਂ ਤਾਂ ਉਹ ਟੋਟਲ ਕਮੇਡੀ ਹੁੰਦੀਆਂ, ਜੇ ਹੋਰਰ ਆ ਤਾਂ ਟੋਟਲ ਹੋਰਰ ਹੁੰਦੀਆਂ, ਜੇ ਸੀਰੀਅਸ ਮੂਵੀ ਆ ਤਾਂ ਉਹ ਸੀਰੀਅਸ ਹੀ ਹੁੰਦੀਆਂ। ਇਹ ਵਾਲੀ ਫਿਲਮ ਦੇ ਵਿੱਚ ਥੋੜ੍ਹੀ ਜਿਹੀ ਚੀਜ਼ ਵਿਸ਼ੇਸ਼ ਜੋ ਮੈਨੂੰ ਲੱਗਦੀ ਉਹ ਹੈਗੀ ਆ ਕਿ ਫਿਲਮ ਜਿੱਥੇ ਰੋਮੈਂਟਿਕ ਵਹਾਅ ਦੇ ਵਿੱਚ ਜਾਂਦੀ ਜਾਂਦੀ ਇੱਕਦਮ ਹੋਰਰ 'ਚ ਆ ਜਾਂਦੀ, ਔਰ ਜਦੋਂ ਹੋਰਰ ਪੋਰਸ਼ਨ ਸ਼ੁਰੂ ਹੁੰਦਾ ਬਹੁਤ ਜ਼ਿਆਦਾ ਇਹੋ ਜਿਹੀਆਂ ਘਟਨਾਵਾਂ ਵਾਪਰਦੀਆਂ ਜਿਹਦੇ ਵਿੱਚੋਂ ਕਮੇਡੀ ਨਿਕਲਦੀ ਹੈ। ਯਾਨੀ ਰੋਮੈਂਟਿਕ ਵੀ ਹੈ, ਹੋਰਰ ਵੀ ਆ, ਇਹਦੇ 'ਚ ਕਮੇਡੀ ਵੀ ਬਹੁਤ ਜ਼ਿਆਦਾ ਜ਼ਬਰਦਸਤ ਹੈਗੀ ਹੈ। ਦੇਖੋ ਜਿਸ ਫਿਲਮ ਦੇ ਵਿੱਚ ਇਫਤਖਾਰ ਠਾਕਰ ਵਰਗੇ ਐਡੇ ਕੈਂਠ ਕਮੇਡੀਅਨ ਹੋਣਗੇ ਤਾਂ ਨੈਚੁਰਲੀ ਉਸ ਫਿਲਮ ਦੇ ਵਿੱਚ ਕਮੇਡੀ ਤਾਂ ਹੋਏਗੀ। ਅਤੇ ਸਾਰਿਆਂ ਨੇ ਬਹੁਤ ਅੱਛਾ ਕੰਮ ਕੀਤਾ, ਬੜੀ ਇੰਟਰਸਟਿੰਗ ਸਟੋਰੀ ਆ, 23 ਤਰੀਕ ਨੂੰ ਫਿਲਮ ਆ ਰਹੀ ਆ ਅਤੇ ਮੈਨੂੰ ਲੱਗਦਾ ਹੈ ਕਿ ਮਾਝੇ ਵਾਲੇ ਜਿਹੜੇ ਆ ਜ਼ਰੂਰ ਆਪਣੇ ਝੰਡੇ ਕੱਢਣਗੇ। ਅੱਜ ਅਸੀਂ ਪ੍ਰੋਫੈਸ਼ਨਲੀ ਕਿਸੇ ਪ੍ਰੈਸ ਕਾਨਫਰੰਸ ਜਿਵੇਂ ਸ਼ਾਮਿਲ ਹੋਣ ਜਾਈਦਾ ਉਂਝ ਨਹੀਂ ਆਏ, ਅੱਜ ਅਸੀਂ ਆਪਣੇ ਧੀਰੇ ਦੇ ਲਈ ਆਏ ਹਾਂ, ਆਪਣੇ ਬੱਚੇ ਦੇ ਲਈ ਆਏ ਹਾਂ, ਆਪਣੇ ਮਾਝੇ ਵਾਲਿਆਂ ਦੇ ਵਿੱਚ ਆਏ ਹਾਂ ਅਤੇ ਮਾਝੇ ਵਾਲਿਆਂ ਦੇ ਲਈ ਆਏ ਹਾਂ। ਸੋ ਇਹ ਅੱਜ ਦੀ ਜਿਹੜੀ ਕਾਨਫਰੰਸ ਆ ਇਹ ਮਾਝੇ ਵਾਲੇ ਕਰ ਰਹੇ ਆ, ਤਾਂ ਹੁਣ ਮੈਂ ਦੇਖਣਾ ਹੈ ਕਿ ਮਾਝੇ ਵਾਲਿਆਂ ਨੂੰ ਕਿੰਨਾ ਸਪੋਰਟ ਕਰਦੇ। ਕਿਉਂਕਿ ਅਕਸਰ ਇਹ ਕਿਹਾ ਜਾਂਦਾ ਹੈ ਕਿ ਮਾਲਵੇ ਵਾਲੇ ਜਿਹੜੇ ਲੋਕ ਨੇ ਨਾ ਉਹ ਬਹੁਤ ਸਪੋਰਟ ਕਰਦੇ ਆ ਮਾਲਵੇ ਵਾਲਿਆਂ ਨੂੰ, ਆਊਟ ਆਫ ਦਾ ਵੇ ਜਾ ਕੇ ਵੀ। ਸੋ ਤੁਹਾਨੂੰ ਸਾਰਿਆਂ ਨੂੰ ਮੈਂ ਇਹ ਰਿਕੁਐਸਟ ਜ਼ਰੂਰ ਕਰੂੰਗੀ ਕਿ
ਕਿ ਅੱਜ ਦੀ ਇਹ ਜਿਹੜੀ ਪ੍ਰੈਸ ਕਾਨਫਰੰਸ ਆ ਇਹਨੂੰ ਉਂਝ ਨਹੀਂ ਲੈਣਾ, ਇਹਦੀ ਪੇਸ਼ਕਾਰੀ ਵੀ ਜਿਹੜੀ ਤੁਹਾਡੇ ਚੈਨਲਸ ਦੇ ਉੱਤੇ ਜਾਂ ਅਖਬਾਰਾਂ ਦੇ ਉੱਤੇ ਉਸ ਤਰ੍ਹਾਂ ਦੇ ਕਮਰਸ਼ੀਅਲ ਤਰੀਕੇ ਨਾਲ ਨਹੀਂ ਹੋਣੀ ਚਾਹੀਦੀ। ਇਹਦੇ 'ਚ ਥੋੜ੍ਹਾ ਜਿਹਾ ਆਪਣਾ ਦਿਲ ਜਿਹੜਾ ਉਹਨੂੰ ਸ਼ਾਮਿਲ ਕਰਨਾ, ਆਪਣੀਆਂ ਭਾਵਨਾਵਾਂ ਨੂੰ ਮਾਝੇ ਦੇ ਲਈ ਕਰਨਾ, ਮਾਝੇ ਵਾਲਿਆਂ ਦੇ ਲਈ ਕਰਨਾ, ਸਾਡੇ ਸਾਰਿਆਂ ਦੇ ਲਈ ਕਰਨਾ। ਸੋ ਥੈਂਕ ਯੂ ਵੈਰੀ ਮੱਚ, ਬਹੁਤ ਸਾਰੀਆਂ ਸ਼ੁਭਇੱਛਾਵਾਂ ਮੇਰੇ ਵੱਲੋਂ। ਇਹ ਪਰਮਾਤਮਾ ਕਰੇ ਇਹ ਜਿਹੜਾ ਸਫ਼ਰ ਇੱਕ ਨਵਾਂ ਸ਼ੁਰੂ ਹੋਣ ਲੱਗਾ ਧੀਰੇ ਹੋਣਾ ਦਾ, ਇਹ ਬਹੁਤ ਬੁਲੰਦੀਆਂ ਤੱਕ ਜਾਵੇ। ਅਸੀਂ ਵਾਰ ਵਾਰ ਆਈਏ ਔਰ ਵਾਰ ਵਾਰ ਆਪਾਂ ਮਿਲੀਏ ਅਤੇ ਇਹ ਸਿਲਸਿਲਾ ਜਿਹੜਾ ਇਸੇ ਤਰ੍ਹਾਂ ਚੱਲਦਾ ਰਹੇ।